वजन बंदगी के साथ खुद को इतना शक्तिशाली बनाओ कि चाहे सुख हो या दुख हो हमारा मन न भटके। पूरा वीडियो का लिंक आपको नीचे डिस्क्रिप्शन में दिया है, देखिए। ਅਰਸਨ ਬਾਬਾ ਜੀ ਮਨ ਬਹੁਤ ਉਦਾਸ ਰਹਿੰਦਾ ਬਾਬਾ ਜੀ ਭਜਨ ਸਿੰਘ ਵਿੱਚ ਮਨ ਲੱਗਦਾ ਹੈ ਕਰਦੇ ਆ ਪਰ ਮਨ ਲੱਗਦਾ ਨਹੀਂ ਜੀ ਬੇਟਾ ਮਨ ਆਪਣੇ ਆਪ ਤੇ ਲੱਗੂਗਾ ਨਹੀਂ, ਲਗਾਉਣਾ ਪੈਂਦਾ ਹੈਗਾ ਬੇਟਾ। ਜੀ ਮਨ ਨੂੰ ਬਾਗੀ ਕਿਹਨੇ ਕੀਤਾ? ਆਪਾਂ ਹੀ ਕੀਤਾ। ਹਾਂਜੀ। ਸੋ ਜਿੰਨਾ ਚਿਰ ਆਪਾਂ ਮਨ ਦੀ ਬਾਗਡੋਰ ਆਪਣੇ ਹੱਥ ਵਿੱਚ ਲੈ ਕੇ ਸਹੀ ਰਸਤੇ ਤੇ ਨਹੀਂ ਲੈ ਕੇ ਜਾਵਾਂਗੇ, ਮਨ ਤਾਂ ਪੁੱਠੀ ਚੀਜ਼ਾਂ ਅੱਗੇ ਰੱਖੂਗਾ ਬੇਟਾ। ਪਰ ਉਹਦਾ ਨੁਕਸਾਨ ਕਿਹਦਾ? ਨੁਕਸਾਨ ਮਨ ਨੇ ਤਾਂ ਨਹੀਂ ਭਰਨਾ, ਨੁਕਸਾਨ ਤਾਂ ਸਾਨੂੰ ਭਰਨਾ ਪਊਗਾ ਨਾ, ਬੋਝ ਸਾਨੂੰ ਚੁੱਕਣਾ ਪਊਗਾ। ਇਸ ਕਰਕੇ ਬੇਟਾ ਆਪਾਂ ਥੋੜਾ ਜਿਹਾ ਸੋਚ ਵਿਚਾਰ ਕਰੀਏ ਕਿ ਸਾਡਾ ਭਲਾ ਕਿਸ ਚੀਜ਼ ਵਿੱਚ ਹੈ। ਤੇ ਜੇ ਆਪਾਂ ਸੋਚ ਵਿਚਾਰ ਕੇ ਕਦਮ ਚੁੱਕਾਂਗੇ, ਸਹੀ ਕਰਾਂਗੇ, ਤੇ ਸਾਨੂੰ ਘਬਰਾਉਣ ਦੀ ਕਦੇ ਲੋੜ ਹੀ ਨਹੀਂ ਬੇਟਾ। ਬਾਬਾ ਜੀ ਲਾਸਟ ਨਵੰਬਰ ਚ ਡੈਡੀ ਦੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਨਾਲੇ ਕੋਵਿਡ ਦੀ ਵਜ੍ਹਾ ਕਰਕੇ ਅਸੀਂ ਜਾ ਨਹੀਂ ਸਕੇ, ਉਹਦੇ ਅੰਤਿਮ ਦਰਸ਼ਨ ਨਹੀਂ ਕਰ ਸਕੇ ਬਾਬਾ ਜੀ, ਕਿ ਸਾਡੇ ਮਾੜੇ ਕੰਮ ਸੀ ਬਾਬਾ ਜਿਹੜੇ ਸੀ ਉਹਨਾਂ ਦੀ ਨਹੀਂ ਪਹੁੰਚ ਸਕੇ। ਨਹੀਂ ਬੇਟਾ, ਇਹੋ ਜਿਹੀ ਗੱਲ ਨਹੀਂ ਹੁੰਦੀ। ਮਾਲਿਕ ਕਿਸ ਵਕਤ ਕਿਹਨੂੰ ਲੈ ਕੇ ਜਾਣਾ, ਕਿਸ ਅਵਸਥਾ ਵਿੱਚ ਲੈ ਕੇ ਜਾਣਾ ਬੇਟਾ, ਇਹ ਉਹਨੂੰ ਬਿਹਤਰ ਪਤਾ ਹੈਗਾ। ਹੁਣ ਜੇ ਆਪਾਂ ਉੱਥੇ ਹੁੰਦੇ ਤਾਂ ਕੀ ਹੋ ਜਾਣਾ ਸੀ ਬੇਟਾ? ਮਾਲਿਕ ਨੇ ਆਪਣੀ ਆਤਮਾ ਲੈ ਕੇ ਚਲੇ ਗਿਆ ਬੇਟਾ। ਇਹ ਦੁਨੀਆਦਾਰੀ ਹੈ ਜਿਹੜਾ ਅਸੀਂ ਸੋਚਦੇ ਹਾਂ ਕਿ ਜੀ ਮੈਨੂੰ ਉੱਥੇ ਹੋਣਾ ਚਾਹੀਦਾ ਸੀਗਾ। ਉੱਥੇ ਜਾ ਕੇ ਬੇਟਾ ਆਪਾਂ ਪਹਿਲਾਂ ਚਲੇ ਜਾਂਦੇ, ਸਾਡਾ ਮਨ ਵੀ ਡੋਲਦਾ ਉਹਨਾਂ ਦੀ ਦੁੱਖ ਤਕਲੀਫ ਦੇਖ ਕੇ। ਸੋ ਮਾਲਿਕ ਜੋ ਵੀ ਕਰਦਾ ਸਾਡੇ ਵਾਸਤੇ ਚੰਗਾ ਹੀ ਕਰਦਾ, ਆਪਾਂ ਤਾਂ ਭਾਣੀ ਛੱਡਣਾ। राधा स्वामी ससिंग व्यास से जुड़ी हर बड़ी खबर पाने के लिए आप अभी सब्सक्राइब करें हमारे YouTube चैनल सिटी वैब को।